ਲੰਮੀਆਂ ਲੰਮੀਆਂ ਕਤਾਰਾਂ ਲਾ ਕੇ ਖੜੇ ਆਪਣੀ ਵਾਰੀ ਦੀ ਉਡੀਕ ਕਰ ਰਹੇ ਲੋਕ। ਜਿਸ ਨੂੰ ਲਾਈਨ 'ਚ ਵੀ ਥਾਂ ਨਾ ਮਿਲੀ ਉਹ ਵਿਚਾਰਾ ਕਿਸੇ ਕੋਨੇ 'ਚ ਮੱਥੇ 'ਤੇ ਸਿਰ ਧਰ ਕੇ ਬਹਿ ਗਿਆ। ਲੋਕਾਂ ਦਾ ਇਹ ਹਾਲ ਸ਼੍ਰੀ ਅਨੰਦਪੁਰ ਸਾਹਿਬ ਸਥਿਤ ਵਿਰਾਸਤ ਏ ਖਾਲਸਾ ਦੇ ਦਰਸ਼ਨਾਂ ਦੀ ਤਾਂਗ ਨੂੰ ਲੈ ਕੇ ਹੋਇਆ। ਲੋਕ ਇੱਥੋਂ ਦੇ ਦਰਸ਼ਨਾਂ ਲਈ ਦੇਸ਼ ਹੀ ਨਹੀਂ ਸਗੋਂ ਵਿਦੇਸ਼ਾਂ ਤੋਂ ਵੀ ਹਜ਼ਾਰਾਂ ਦੀ ਗਿਣਤੀ 'ਚ ਆਉਂਦੇ ਨੇ। ਪਰ ਇੱਥੇ ਦਾਖਲ ਹੋਣ ਤੋਂ ਪਹਿਲਾਂ ਪਾਸ ਮਿਲਣ ਦਾ ਬੰਦੋਬਸਤ ਵੇਖ ਕੇ ਬੁਰੀ ਤਰ੍ਹਾਂ ਨਿਰਾਸ਼ ਹੁੰਦੇ ਨੇ। ਕਿਤੇ ਸਾਰਾ ਦਿਨ ਖੜ੍ਹੇ ਹੋ ਕੇ ਵੀ ਦਰਸ਼ਨ ਨਾ ਹੋਣ ਦੇ ਡਰੋਂ ਕਈ ਲੋਕ ਤਾਂ ਸਵੇਰੇ 6 ਵਜੇ ਹੀ ਇੱਥੇ ਪਾਸ ਕਾਊਂਟਰ 'ਤੇ ਡੇਰੇ ਲਾਉਣ ਨੂੰ ਮਜਬੂਰ ਹੋ ਜਾਂਦੇ ਨੇ। ਲੋਕਾਂ ਦੀ ਮੰਗ ਹੈ ਕਿ ਭਾਵੇਂ ਪਾਸ ਦੇ ਪੈਸੇ ਲੈ ਲਏ ਜਾਣ ਪਰ ਇੰਤਜ਼ਾਮਾਂ ਨੂੰ ਦਰੁਸਤ ਕਰਨਾ ਲਾਜ਼ਮੀ ਹੈ। ਤਾਂ ਟਿਕਟ ਇਮੀਡੀਏਟਲੀ ਦੇਣੀ ਚਾਹੀਦੀ ਹੈ ਇਹਨਾਂ ਨੂੰ, ਕਿਉਂਕਿ ਅੰਦਰ ਅੱਛੀ ਮੈਨੂੰ ਜਿੱਥੇ ਤੱਕ ਲੱਗਾ ਪਤਾ ਵੀ ਕਾਫੀ ਲੋਕ ਅੰਦਰ ਸਮਾ ਸਕਦੇ ਆ। ਇਹ ਥੋੜ੍ਹਾ ਸਿਸਟਮ ਮੈਨੂੰ ਟਿਕਟ ਦਾ ਸਿਸਟਮ ਠੀਕ ਨਹੀਂ ਲੱਗਾ ਜੀ। ਬਾਕੀ ਅੰਦਰ ਜਾ ਕੇ ਪਤਾ ਲੱਗੇਗਾ ਜੀ, ਕੋਈ ਪਰੇਸ਼ਾਨੀ ਆਉਂਦੀ ਜਾਂ ਨਹੀਂ ਆਉਂਦੀ ਇਹਦੇ ਬਾਰੇ ਤਾਂ ਅੰਦਰ ਜਾ ਕੇ ਪਤਾ ਲੱਗੇ। ਕਾਊਂਟਰ ਤੇ ਬੈਠੇ ਮੁਲਾਜ਼ਮ ਵੀ ਮੰਨਦੇ ਨੇ ਕਿ ਜਿਸ ਦਿਨ ਸੰਗਤ ਵੱਧ ਹੋ ਜਾਵੇ ਤਾਂ ਉਹਨਾਂ ਨੂੰ ਵੀ ਪਾਸ ਜਾਰੀ ਕਰਨਾ ਮੁਸ਼ਕਲ ਹੋ ਜਾਂਦਾ ਹੈ। ਪਰੇਸ਼ਾਨੀ ਆਉਂਦੀ ਹੈ ਜੀ, ਲਾਈਨ 'ਚ ਖੜ੍ਹੇ ਹੁੰਦੇ ਆ, ਸੰਗਤ ਇੱਕਦਮ ਵੱਧ ਜਾਂਦੀ ਹੈ, ਜੋ ਸਾਡੇ ਰੂਲਸ ਰੈਗੂਲੇਸ਼ਨਸ ਹੈਗੇ ਆ ਉਹਦੇ ਅਕੋਰਡਿੰਗ ਫਿਰ ਮੈਨੇਜ ਕਰਨਾ ਕਈ ਵਾਰ ਔਖਾ ਵੀ ਹੋ ਜਾਂਦਾ, ਇੱਕਦਮ ਸੰਗਤ ਵੱਜੇ ਅਤੇ ਕਈ ਵਾਰ ਮੈਨੇਜ ਕਰਨਾ ਔਖਾ ਹੁੰਦਾ। ਦੱਸਣਯੋਗ ਹੈ ਕਿ ਵੋਟਾਂ ਤੋਂ ਕੁਝ ਸਮਾਂ ਪਹਿਲਾਂ ਧੜਾਧੜ ਸਿੱਖ ਵਿਰਾਸਤਾਂ ਦੇ ਉਦਘਾਟਨ ਤਾਂ ਕਰ ਦਿੱਤੇ ਗਏ ਪਰ 350 ਕਰੋੜ ਦੀ ਲਾਗਤ ਨਾਲ ਬਣੀ ਇਸ ਸਿੱਖ ਵਿਰਾਸਤ 'ਤੇ ਵੱਧ ਇੰਤਜ਼ਾਮੀ ਭਾਰੂ ਹੋ ਰਹੀ ਹੈ। ਅਸ਼ੋਕ ਚੋਪੜਾ, ਜ਼ੀ ਖ਼ਬਰਾਂ, ਸ਼੍ਰੀ ਅਨੰਦਪੁਰ ਸਾਹਿਬ।